ਨਿਰਗਾਂ ਕਹਿੰਦੇ ਪੂਰਾ ਹੱਕਾਂ ਲਈ ਲੜਦੇ ਲੋਕਾਂ ਦਾ ਇੱਕ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸਾਮਰਾਜ ਬਾਦ ਮਰਦਾਬਾਦ 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 ਸ਼ਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਜੀ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਅਸੀਂ ਖੜੇ ਆਂ ਬਠਿੰਡਾ ਵਿਖੇ ਜਿੱਥੇ ਕੀ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਜਿਹੜਾ ਕੀ 3 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾਗਾ ਇਹ ਦਿੱਲੀ ਦੀਆਂ ਬਰੂਹਾਂ ਤੇ ਮਨਾਇਆ ਜਾਣਾਗਾ ਉਹਦੀਆਂ ਤਿਆਰੀਆਂ ਕਿਸਾਨ ਜਥੇਬੰਦੀ ਵੱਲੋਂ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਕੀਤੀਆਂ ਜਾ ਰਹੀਆਂ ਆ ਅਤੇ ਇੱਥੋਂ ਇਹ ਵੱਡੇ ਮੋਰਚੇ ਜਿਹੜੇ ਕਾਫਲੇ ਆ ਉਹ ਰਵਾਨਾ ਹੋ ਰਿਹਾਗੇ ਇਹ ਤੁਹਾਨੂੰ ਦਿਖਾ ਦਿੰਨੇ ਆਂਗੇ ਕੁਝ ਗੱਡੀਆਂ ਇੱਥੇ ਆ ਕੇ ਖੜੀਆਂ ਜਿਹੜੀਆਂ ਕਿ ਆਪਣਾ ਪੂਰਾ ਬੰਦੋਬਸਤ ਕਰਕੇ ਉੱਥੇ ਜਾ ਰਹੀਆਂ ਆ ਆ ਮੰਜੇ ਬਿਸਤਰੇ ਜਿਹੜਾ ਕਿ ਸ਼ੈਂਕਲ ਤੱਕ ਵੀ ਪੱਖੇ ਆ ਸਾਰਾ ਕੁਝ ਲੈ ਕੇ ਇੱਥੇ ਜਾ ਰਿਹਾ ਕਿਉਂਕਿ ਹੁਣ ਗਰਮੀ ਦੀ ਰੋਤ ਹੈ ਥੋੜਾ ਜਿਹਾ ਮੁਸ਼ਕਲ ਆਗਾ ਉਸ ਵਾਸਤੇ ਪੱਖੇ ਵੀ ਲੈ ਜਾ ਰਹੇ ਆਗੇ ਜਿਹੜਾ ਕਿ ਉੱਥੇ ਤੋਰਾ ਫੇਰਾ ਕਰਨ ਵਾਸਤੇ ਕਿਉਂਕਿ ਬਹੁਤ ਦੂਰ ਲੰਮਾ ਪੜਾ ਪੈ ਜਾਂਦਾ 35 ਕਿਲੋਮੀਟਰ ਵਿੱਚ ਇਹ ਜਿਹੜਾ ਧਰਨਾਗਾ ਇਹ ਲੱਗਿਆ ਹੋਇਆਗਾ ਇਸ ਲਈ ਤੁਰਨਾ ਫਿਰਨਾ ਵੀ ਔਕਾ ਹੋ ਜਾਂਦਾ ਇਸ ਲਈ ਚਾਹ ਜਿਹੜਾ ਸ਼ੈਂਗਲਾਂ ਤੇ ਇਹ ਉੱਥੇ ਵੀ ਤੋਰ ਪਰ ਸਕਣ ਕਿਸੇ ਕੋਲੇ ਜਾ ਸਕਣ ਇੱਕ ਦੂਜੇ ਦੀ ਸਾਰ ਲੈ ਸਕਣ ਇਸ ਵਾਸਤੇ ਸ਼ੈਂਗਲ ਵੀ ਇਹਨਾਂ ਨੇ ਨਾਲ ਹੀ ਰੱਖਿਆਗੇ ਜੇ ਦਿਖਾ ਦਿੱਤਾ ਕਿ ਇਧਰ ਮਗਰਬੇ ਪਾਸੇ ਜਿਹੜੀ ਆ ਗੱਡੀ ਖੜੀ ਹੈਗੀ ਇਹਦੇ ਵਿੱਚ ਸਾਰਾ ਕੁਝ ਰੱਖਿਆ ਹੋਇਆ ਹੈਗਾ ਇਹਨਾਂ ਕੋਲੇ ਇਨਵਰਟਰ ਕਿਉਂਕਿ ਗਰਮੀ ਆ ਕੇ ਗਰਮੀ ਕਰਕੇ ਮੱਛਰ ਵੀ ਬਹੁਤ ਜ਼ਿਆਦਾ ਹੈਗਾ ਤੇ ਮੱਛਰ ਦੇ ਕਾਰਨ ਇਹਨਾਂ ਨੂੰ ਬਚਾਉਣ ਦੇ ਲਈ ਪੱਖਿਆਂ ਦਾ ਇੰਤਜ਼ਾਮ ਕੀਤਾ ਹੈ ਇਨਵਰਟਰ ਦਾ ਇੰਤਜ਼ਾਮ ਕੀਤਾ ਹੈ ਨਾਲ ਹੀ ਕੂਲਰ ਹੈਗੇ ਜਿਹੜੇ ਆਪਣੇ ਕੂਲਰ ਕੀ ਫਰਿੱਜ ਵੀ ਇਹ ਨਾਲ ਲੈ ਕੇ ਜਾ ਰਹੇ ਆ ਅਸੀਂ ਗੱਲ ਕਰ ਦਾਂਗੇ ਇੱਕ ਅਸੀਂ ਗੱਲ ਕਰਦੇ ਹਾਂਗੇ ਕਿਸਾਨ ਜੁਨੇ ਆਂਦੇ ਜਿਹੜੇ ਪ੍ਰਧਾਨ ਆਗੇ ਉਹਨਾਂ ਨਾਲ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਕੇਸਰੀ ਪੱਗਾਂ ਬਨ ਕੇ ਇਹ ਦਿੱਲੀ ਨੂੰ ਰਵਾਨਾ ਹੋ ਜਾਓਗੇ ਪਹਿਲਾਂ ਤਾਂ ਜੀ ਸਾਰੇ মিডিਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਲਗਾਤਾਰ ਤਿੰਨ ਮਹੀਨਿਆਂ ਤੋਂ ਇਹ ਕਵਰੇਜ ਕਰ ਰਿਹਾ ਤੇ ਸਾਡੀ ਗੱਲ ਗੁੰਗੀਆਂ ਬੋਲਗਾਂ ਸਰਕਾਰਾਂ ਨੂੰ ਸੁਣਾ ਰਹੇ ਆ ਤੇ ਮੇਰਾ ਨਾਮ ਜਖੀਰ ਸਿੰਘ ਝੁੰਬਾ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾ ਜ਼ਿਲ੍ਹਾ ਕਮੇਟੀ ਮੈਂਬਰ ਅੱਜ ਜੋ ਅਸੀਂ ਨੌਜਵਾਨ ਕਾਫਲਾ ਬਨ ਕੇ ਦਿੱਲੀ ਪਹੁੰਚ ਰਹੇ ਆ ਤੇ ਕੱਲ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਦੇ ਸੁਖਦੇਵ ਦਾ ਉਥੇ ਸ਼ਹੀਦੀ ਦਿਵਸ ਮਨਾ ਕੇ ਹੁਣਾਂ ਤੇ ਨਾਲ ਮੋਦੀ ਨੂੰ ਦੱਸਣਾ ਚਾਹੁੰਨੇ ਆ ਜਿਹੜਾ ਕਹਿੰਦਾਗਾ ਨੌਜਵਾਨ ਸਾਡੇ ਨਾਲ ਆ ਤੇ ਕੱਲ ਨੂੰ ਜਦੋਂ ਨੌਜਵਾਨਾਂ ਦਾ ਵੱਡਾ ਪੱਕ ਪਸ਼ੰਤੀ ਪੱਕਾ ਬਣ ਕੇ ਉਥੇ ਲੜਕੜਾ ਮਾਰ ਕੇ ਕਹਿ ਕੇ ਆਵਾਂਗੇ ਮੋਦੀ ਸਰਕਾਰ ਇਹ ਆ ਨੌਜਵਾਨ ਦਾ ਸਾਡੇ ਨਾਲ ਆ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਲੈ ਕੇ ਆ ਆਪਦੇ ਖੇਤੀ ਬਚਾਉਣ ਖਾਤਰ ਤੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਮੋਦੀ ਰਾਵਣ ਕੇ ਵਾਪਸ ਨਹੀਂ ਕਰਦਾ ਉਨਾਂ ਚਿਰ ਇਹ ਕਾਨੂੰਨ ਜਿਹੜਾ ਨਗਿਆਸ਼ ਸੰਘਰਸ਼ਾ ਲਗਾਤਾਰ ਚੱਲਦਾ ਰਹੂਗਾ ਜੇ ਮੈਂ ਤੁਸੀਂ ਇਹ ਆਪਣੇ ਕੇ ਫਰਿੱਜ ਹੈਗਾ ਇਨਵਰਟਰ ਹੈ ਪੱਖੇ ਹੈ ਇਤੋਂ ਤੱਕ ਹੀ ਸ਼ੈਂਗਲ ਵੀ ਨਾਲ ਚੱਕ ਲੈਗੇ ਮੁੰਜੇ ਵੀ ਚੱਕ ਲੈ ਕਿ ਕਰਨ ਇਹ ਜੀ ਨਕਿਆ ਮੋਦੀ ਸਾਡਾ ਸ਼ੋਰ ਪਰਖਣਾ ਚਾਹੁੰਦਾ ਨਾ ਦਾ ਅਸੀਂ ਅੱਖਣ ਵਾਲੇ ਨਾ ਥੱਕਣ ਵਾਲੇ ਆ ਇਹ ਮੋਦੀ ਕੋਈ ਪਹਿਲਾ ਜ਼ਾਲਮ ਸਰਕਾਰ ਨਹੀਂ ਪਹਿਲਾਂ ਵੀ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਜ਼ੁਲਮ ਕਰਦੀਆਂ ਆਈਆਂ ਸਰਕਾਰਾਂ ਜਿਵੇਂ ਚਾਚਾ ਜੀਤ ਸਿੰਘ ਸੀ ਉਹਨੇ 9 ਮਹੀਨੇ ਇਹ ਲਹਿਰ ਚਲਾਈ ਸੀ ਅਸੀਂ ਵੀ ਜਿੰਨਾ ਚਿਰ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਕਰਦਾ ਉਹਨਾਂ ਚਿਰ ਅਸੀਂ ਪੱਕੇ ਮੋਰਚੇ ਲਾ ਕੇ ਪੱਕੇ ਘਰ ਬਣਾ ਕੇ ਕਿਸਾਨ ਬਣਾਈ ਜਾਂਦੇ ਘਰ ਅਸੀਂ ਸਮਾਨ ਹੌਲੀ ਹੌਲੀ ਸਾਰਾ ਉਥੇ ਪੂਰਾ ਕਰ ਲਾ ਕੇ ਤੇ ਜਿੰਨਾ ਜਰ ਖੇਤੀ ਦੇ ਕਾਲੇ ਕਰੂਨ ਵਾਪਸ ਨਹੀਂ ਹੁੰਦੇ ਉਹਨਾਂ ਤੇ ਅਸੀਂ ਮੁੜਦੇ ਨਹੀਂ ਉਥੋਂ ਜਿਵੇਂ ਸਿਆਸੀ ਪਾਰਟੀਆਂ ਆ ਇਹ ਵੀ ਕਿਸਾਨਾਂ ਦਾ ਲਾਹ ਲੈਂਣ ਲਈ ਜਿਹੜੇ ਕਿਸਾਨੀ ਸੰਘਰਸ਼ ਤੇ ਇਹ ਆਪਣੇ ਰੈਲੀਆਂ ਕਰ ਰਹੀਆਂ ਕਿਸਾਨੀ ਸੰਘਰਸ਼ ਦਾ ਨਾਂ ਦੇ ਰਹੀਆਂ ਇਹਨਾਂ ਨੂੰ ਕਿਸ ਤਰ੍ਹਾਂ ਲੈਣੇ ਇਹਨਾਂ ਨੂੰ ਹੋਰ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਜੀ ਤਾਂ ਕਰਕੇ ਜਿਹੜੀ ਲਹਿਰ ਬਣੀ ਆ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀ ਉਹਦੇ 2022 ਦੀਂਦੀ ਆ ਇਹਨਾਂ ਨੂੰ ਕੋਈ ਇਹਨਾਂ ਨੂੰ ਕਿਸਾਨੀ ਹਿੱਤਾਂ ਨਾਲ ਨਹੀਂ ਜਾਂ ਮਜ਼ਦੂਰਾਂ ਦੇ ਹਿੱਤਾਂ ਨਾਲ ਨਹੀਂ ਜਾਂ ਮਲਾਜ਼ਮਾਂ ਦੇ ਹਿੱਤਾਂ ਨਾਲ ਨਹੀਂ ਪਹਿਲਾਂ ਕਿਹਣੀ ਗੱਲ ਕਰਦੇ ਸੀ ਹੁਣ ਇਹਨਾਂ ਨੇ 2022 ਚ ਵੋਟਾਂ ਲੰਡੀਆਂ ਤਾਂ ਕਰਕੇ ਮਹਾਰੇਲੀਆ ਕਰਦਾ ਕੋਈ ਡਰਾਮੇ ਕਰਦਾ ਤਾਂ ਕਰਕੇ ਕਿਸਾਨ ਵੀ ਜਾਗਰੂਤ ਹੋ ਛੜਿਆ ਤੇ ਨੌਜਵਾਨ ਵੱਡੀ ਗਿਣਤੀ ਚ ਗੱਲ ਸੁਨਾਮ ਦੇ ਸਾਡੀਆਂ ਧੀਆਂ ਬੱਚੀਆਂ ਜਿਹੜੀਆਂ ਪੜਨ ਆਲੀਆਂ ਲੜਕਰਾ ਮਾਰ ਕੇ ਆਈਆਂ ਮੋਦੀ ਦੀ ਬੋਲੀ ਬੰਦ ਕਰਕੇ ਆਈਆਂ ਕੱਲ ਵੀ ਹੁਣ ਜੇ ਕੱਲ ਇੱਥੇ ਆਮ ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਗਿਆ ਉਥੇ ਅਰਵਿੰਦ ਕੇਜਰੀਵਾਲ ਵੀ ਆਇਆ ਪਰ ਕਿਸਾਨ ਤਿੰਨ ਚਾਰ ਮਹੀਨਾ ਤੋਂ ਦਿੱਲੀ ਬੈਠੇ ਆ ਗਏ ਉੱਥੇ ਕਿਉਂ ਨਹੀਂ ਗਿਆਗਾ ਜਿਹੜੇ ਉਹਦੇ ਰਾਜ ਹੈਗਾ ਉੱਥੇ ਉੱਥੇ ਉਹਨਾਂ ਦੀ ਮਦਦ ਕਰਦਾ ਉਹ ਇੱਥੇ ਕੀ ਲੈਣ ਆਇਆ ਜੀ ਇਹ ਜੀ ਕੋਈ ਹੋਵੇ ਕਾਲੀ ਹੋਣ ਕਾਂਗਰਸੀ ਹੋਣ ਭਲਾਂਦੀ ਆਪ ਵਾਲੇ ਹੋਣ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਤੇ ਤਾਂ ਕਰਕੇ ਇਹ ਵੋਟਾਂ ਖਾਤਰ ਇਹ ਰੈਲੀਆਂ ਕਰ ਰਹੇ ਆ ਪਹਿਲਾਂ ਤਿੰਨ ਮਹੀਨੋਂ ਗਏ ਕਿਸਾਨਾਂ ਦੇ ਧਰਨੇ 'ਚ ਕਿਉਂ ਨਹੀਂ ਇਹਨੇ ਆਡ ਸਟੇਜ ਲਾ ਕੇ ਬੈਠਾ ਕੇਜਰੀਵਾਲ ਅੱਜ ਇਹ ਪੰਜਾਬ 'ਚ ਵੋਟਾਂ ਲੈਣ ਖਾਤਰ ਇੱਥੇ ਮਹਾਂ ਰੈਲੀਆਂ ਕਿਸਾਨਾਂ ਦੇ ਨਾਂ ਤੇ ਕਰਦਾਗਾ ਤੇ ਅਸੀਂ ਇਹਦੇ ਨਾਲ ਹੱਡਾ ਇਹਦੇ ਨਾਲ ਰੈਲੀਆਂ ਰੂਲੀਆਂ ਨਾਲ ਕੋਈ ਲੈਣ ਦੇਣਾਂ ਨਹੀਂਗਾ ਅਸੀਂ ਤਾਂ ਆਪਦੇ ਸੰਘਰਸ਼ ਦਾ ਕਜਿਨਾ ਕਾਲੇ ਕਰੂਨ ਵਾਪਸ ਨਹੀਂ ਦੇ ਉਹਨਾਂਦਰ ਵਾਪਸ ਨਹੀਂ ਮੁੜਦੇ ਸਾਡੇ ਨਾਲ ਕੁਝ ਹੋਰ ਨੌਜਵਾਨ ਵੀ ਜੁੜੇ ਗਏ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਤੁਸੀਂ ਦਿੱਲੀ ਨੂੰ ਹੁਣ ਕੂਚ ਕੀਤਾ ਹੈਗਾ ਉਸ ਦਾ ਕਿਸ ਤਰ੍ਹਾਂ ਦਾ ਅਛੀ ਦੇੜਾ ਬਣਾਉਂਗੇ ਮੈਂ ਭਾਰਤੀ ਕਿਸਾਨ ਜੋਨ ਇਕਤਾ ਗ੍ਰਾਹਾ ਬਠਿੰਡੇ ਬਲਾਕ ਦਾ ਜਨਰਲ ਸੈਕਟਰੀ ਕਰਪਾਲ ਸਿੰਘ ਦਿਉਣਾ ਅਸੀਂ ਲਗਾਤਾਰ ਪਿਛਲੇ ਮਹੀਨਿਆਂ ਤੋਂ ਲੈ ਕੇ ਜਿਹੜਾ ਕੋਈ ਇਹੋ ਜਿਹਾ ਡਾੜਾ ਆਉਂਦਾ ਜਿਵੇਂ ਹੁਣ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦਾ ਸ਼ਹੀਦੀ ਡਾੜਾ 23 ਮਾਰਚ ਦਾ ਆ ਰਿਹਾ ਉਹ ਜਾਵਾਂਗੇ ਦਿੱਲੀ ਚ ਨੌਜਵਾਨ ਸਾਡੇ ਵੱਡੀ ਗਿਣਤੀ ਚ ਗਏ ਆ ਹੁਣ ਵੀ ਜਾਈ ਜਾਂਦੇ ਆ ਅੱਜ ਵੀ ਰਵਾਨਗੀ ਹੋਣੀ ਆ ਕੱਲ ਨੂੰ ਵੀ ਹੋਣੀ ਆ ਲਗਾਤਾਰ ਇਕੱਠ ਹੋਣੇ ਆ ਉੱਥੇ ਕੱਲ ਨੂੰ ਉੱਥੇ ਅਸੀਂ ਦੀਦਿਹੜਾ ਮਨਾ ਕੇ ਭਗਤ ਸਿੰਘ ਦਾ ਇੱਥੋਂ ਦੀ ਮੋਦੀ ਹਕੂਮਤ ਨੂੰ ਦੱਸਾਂਗੇ ਪਿਛਲੇ ਦਿਨਾਂ ਚ ਜਾਂ 26 ਜਨਵਰੀ ਨੂੰ ਕਹਿ ਲਗੇ ਜਿਹੜੇ ਸਾਡੀ ਨੌਜਵਾਨੀ ਨੂੰ ਖਰਾਹੇ ਪਾਉਣ ਦੀ ਕੋਸ਼ਿਸ਼ ਕਰੀ ਐ ਇੱਥੋਂ ਦੀ ਮੋਦੀ ਹਕੂਮਤ ਨੇ ਉਹਨਾਂ ਨੂੰ ਅਸੀਂ ਸਹੀ ਆਪਦੇ ਉਸ ਟਿਕਾਣੇ ਤੇ ਲਿਆ ਕੇ ਤੇ ਉਸੇ ਤਾੜੇ ਲਿਆ ਕੇ ਕੋਲ ਨੂੰ ਅਸੀਂ ਫੇਰ ਦੁਬਾਰੇ ਖੜਾ ਕਰਤਾ ਇਹ ਅਸੀਂ ਕਹਿੰਨੇ ਆ ਵੀ ਨੌਜਵਾਨਾਂ ਦੀ ਵੱਡੀ ਜਣੀ ਮੰਗ ਆ ਅਸੀਂ ਵੀ ਕਰਦੇ ਆ ਵੀ ਇਹਨਾਂ ਦੇ ਸਹਿਯੋਗ ਬਿਨਾ ਇਹ ਜਿਹੜਾ ਸੰਘਰਸ਼ ਆ ਇਹ ਸਿਰੇ ਨਹੀਂ ਲੱਗਣਾ ਤਾਂ ਹੁਣ ਇਹ ਵੱਡੀ ਗਿਣਤੀ ਚ ਨੌਜਵਾਨ ਜਾ ਰਹੇ ਆ ਜਿਵੇਂ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਜਿਹੜੇ ਲੀਡਰ ਹੈਗੇ ਆਪਣੇ ਉਹ ਕਹਿੰਦੇ ਵੀ ਜਿਹੜੀ ਕੱਲ ਦੀ ਸਟੇਜ ਹੋਊਗੀ ਉਹ ਨੌਜਵਾਨਾਂ ਹਵਾਲੇ ਹੋਊਗੀ ਉਹ ਕਿਸ ਤਰ੍ਹਾਂ ਤੁਸੀਂ ਚਲਾਉਂਗੇ ਜੀ ਬਿਲਕੁਲ ਜੀ ਪਿਛਲੇ ਮਹੀਨੇ 8 ਮਾਰਚ ਨੂੰ ਜਿਹੜਾ ਔਰਤ ਦਿਵਸ ਹੋਇਆ ਦਿੱਲੀ ਚ ਬਹੁਤ ਵੱਡੇ ਇਕੱਠ ਹੋਏ ਆ ਉਦੋਂ ਸਿਰਫ ਔਰਤਾਂ ਨੇ ਸਟੇਜ ਚਲਾਈ ਸੀ ਕੋਈ ਉਹਦੇ ਚ ਨੁਮਾਇੰਦਾ ਹੋਰ ਨਹੀਂ ਸਟੇਜ ਤੇ ਵੀ ਨਹੀਂ ਬੈਠਾ ਸੀ ਜਿਹੜੀ ਕੱਲ ਨੂੰ ਸਟੇਜ ਹੋਊ ਇਹ ਵੀ ਨੌਜਵਾਨਾਂ ਨੇ ਚਲਾਉਣੀ ਆ ਬਕਾਇਦਾ ਚਲਾਉਣਗੇ ਨੌਜਵਾਨ ਕਿਉਂਕਿ ਲੰਬੇ ਸਮੇਂ ਤੋਂ ਖੋਲ ਦੇ ਸੰਘਰਸ਼ ਦੇ ਮੈਦਾਨ ਚ ਆਏ ਹੈ ਬਹੁਤ ਕੁਝ ਸਿੱਖ ਚੁੱਕੇ ਆ ਆਪ ਮਹਾਰੇ ਚਲਾਉਣਗੇ ਉੱਥੋਂ ਦੀ ਮੀਡੀਆ ਨੋਟ ਕਰੂਗੀ ਸਾਰਾ ਕੁਝ ਇਹ ਇਹਨਾਂ ਦੇ ਨਾਂ ਹੀ ਆ ਕੱਲ ਦੀ ਸਟੇਜ ਕਿਉਂਕਿ ਨੌਜਵਾਨਾਂ ਦਾ ਸਰਦਾਰ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਇਹਨਾਂ ਦੇ ਨਾਂ ਹੀ ਲਾਉਣਾ ਤੇ ਇਹਨਾਂ ਨੇ ਉਹ ਦਿਨ ਮਨਾਉਣਾ ਜਾ ਇਹ ਸੰਨ ਕਿਸਾਨ ਨੌਜਵਾਨ ਜਿਨ੍ਹਾਂ ਦਾ ਕਹਿਣਾ ਕਿ ਜਿਹੜੀ ਕੱਲ ਦੀ ਸਟੇਜ ਹੈਗੀ ਉਹ ਨੌਜਵਾਨਾਂ ਦੇ ਹਵਾਲੇ ਹੋਊਗੀ ਤੇ ਇਹੀ ਚਲਾਉਣਗੇ ਕਿਉਂਕਿ ਜਿਹੜਾ ਮੋਦੀ ਸਰਕਾਰ ਨੂੰ ਸਭ ਕੁਝ ਸਿਖਾਉਣ ਵਾਸਤੇ ਇਹ ਵੱਡੇ ਕਾਫਲੇ ਜਾ ਰਹੇ ਹੈਗੇ ਉਹਨਾਂ ਨੂੰ ਇੱਕ ਦੱਸਣਾ ਚਾਹੁੰਦੇ ਆ ਕਿ ਭਗਤ ਸਿੰਘ ਦੇ ਬਾਰਸ ਅਜੇ ਵੀ ਜਿਉਂਦੇ ਹੈਗੇ ਤੇ ਉਹ ਆਪਣਾ ਹੱਕ ਲੈਣ ਜਾਣਦੇ ਹੈਗੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ